ਹੁਣ ਤੁਸੀਂ ਅਕਾਲ ਚੈਨਲ ਨੂੰ ਕਿਸੇ ਵੀ ਸਮੇਂ ਕਿਸੇ ਵੀ ਥਾਂ ਤੇ ਦੇਖ ਸਕਦੇ ਹੋ ਉਹ ਵੀ ਅਕਾਲ ਚੈਨਲ ਦੀ ਐਪ ਦੇ ਜ਼ਰੀਏ ਜਿਸ ਦੇ ਵਿੱਚ ਲਾਈਵ ਟੀਵੀ ਪ੍ਰੋਗਰਾਮ ਵੀਡੀਓਜ਼ ਕੈਚਅਪ ਟੀਵੀ ਅਕਾਲ ਰੇਡੀਓ ਅਤੇ ਨੋਟਿਸ ਦੇ ਵਿੱਚ ਸਾਰੇ ਪ੍ਰੋਗਰਾਮਾਂ ਦਾ ਵੇਰਵਾ ਮੌਜੂਦ ਹੈ ਤੁਸੀਂ ਇਸ ਐਪ ਦੇ ਜ਼ਰੀਏ ਗੁਰਬਾਣੀ ਸੰਧਿਆ ਦਾ ਵੀ ਆਨੰਦ ਮਾਣ ਸਕਦੇ ਹੋ ਅਕਾਲ ਚੈਨਲ ਦੀ ਐਪ ਨੂੰ ਹੁਣੇ ਡਾਊਨਲੋਡ ਕਰੋ ਗੂਗਲ ਪਲੇ ਸਟੋਰ ਅਤੇ ਐਪ ਸਟੋਰ ਦੇ ਵਿੱਚੋਂ ਵਰਲਡ ਨੰਬਰ 1 ਸਿੱਖ ਮੀਡੀਆ ਚੈਨਲ ਅਕਾਲ ਚੈਨਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਕਾਲ ਚੈਨਲ ਦੇਖ ਰਹੀਆਂ ਸਮੂਹ ਸੰਗਤਾਂ ਨੂੰ ਦਾਸ ਨਿਰਮਲਜੀਤ ਸਿੰਘ ਦੀ ਗੁਰੂ ਫਤਿਹ ਪ੍ਰਵਾਨ ਹੋਵੇ ਜੀ ਆਪ ਜੀ ਦੀ ਸੇਵਾ ਵਿੱਚ ਹਾਜ਼ਰ ਹਾਂ ਪ੍ਰੋਗਰਾਮ ਸਿੱਖ ਖਬਰਨਾਮਾ ਲੈ ਕੇ ਔਰ ਮੈਂ ਇਹ ਦੱਸਦਾ ਚਲਾ ਆਪ ਜੀ ਨੂੰ ਇਸ ਸਿੱਖ ਖਬਰਨਾਮਾ ਪ੍ਰੋਗਰਾਮ ਜਿਹੜਾ ਹੈ ਇਹਦੀ ਟਾਈਮਿੰਗ ਚੇਂਜ ਹੋ ਰਹੀ ਹੈ ਹੁਣ ਤੁਸੀਂ ਇਸ ਪ੍ਰੋਗਰਾਮ ਨੂੰ ਹਰ ਸੋਮਵਾਰ ਸ਼ਾਮ 6:30 ਤੋਂ 7 ਤੱਕ ਦੇਖ ਸਕਦੇ ਹੋ ਇਸ ਪ੍ਰੋਗਰਾਮ ਵਿੱਚ ਮੈਂ ਕੁਝ ਖਬਰਾਂ ਅਤੇ ਉਹਨਾਂ ਦੇ ਬਾਰੇ ਵਿੱਚ ਆਪਣਾ ਅਨਾਲਿਸਿਸ ਕਰਦਾ ਜੀ ਜੀ ਅੱਜ ਦੇ ਇਹਨਾਂ ਖਬਰਾਂ ਦੀ ਸ਼ੁਰੂਆਤ ਕਰਦੇ ਹਾਂ ਸਭ ਤੋਂ ਪਹਿਲੀ ਖਬਰ ਮੇਰੇ ਕੋਲ ਹੈ ਦੋ ਸਾਲ ਪਿੱਛੋਂ ਫਿਰ ਇਹ ਖਬਰ ਉੱਠੀ ਕਿ ਨਾਨਕ ਸ਼ਾਹ ਫਕੀਰ ਜਿਹੜੀ ਹਰਿੰਦਰ ਸਿੱਕੇ ਵੱਲੋਂ ਬਣਾਈ ਗਈ ਸੀ ਜਿਹਦਾ ਬਹੁਤ ਵੱਡਾ ਵਿਰੋਧ ਹੋਇਆ ਸੀ ਔਰ ਉਸ ਨੂੰ ਇਹ ਮੂਵੀ ਵਾਪਸ ਲੈਣੀ ਪਈ ਸੀ ਕਿਉਂਕਿ ਉਹਦੇ ਵਿੱਚ ਜਿਹੜੇ ਕਲਾਕਾਰਾਂ ਨੂੰ ਬੇਬੇ ਨਾਨਕੀ ਜਾਂ ਭਾਈ ਮਰਦਾਨਾ ਦੇ ਰੂਪ ਵਿੱਚ ਬਣਾਇਆ ਗਿਆ ਸੀ ਉਹ ਆਮ ਜਿਹੜੇ ਨੇ ਉਹ ਲੋਕ ਨੇ ਜਿਨ੍ਹਾਂ ਨੂੰ ਜਿਨ੍ਹਾਂ ਦਾ ਸਿੱਖੀ ਨਾਲ ਦੂਰ ਦੂਰ ਤੱਕ ਦਾ ਵੀ ਵਾਸਤਾ ਨਹੀਂ ਅਤੇ ਉਹਨਾਂ ਨੂੰ ਦੇਖ ਕੇ ਜਿਹੜੀ ਸੋਸ਼ਲ ਮੀਡੀਆ 'ਤੇ ਉਹਨਾਂ ਦੀ ਪਿਕਚਰਸ ਆ ਅਸੀਂ ਅਜ਼ਿਊਮ ਵੀ ਨਹੀਂ ਕਰ ਸਕਦੇ ਕਿ ਇਹੋ ਜਿਹੇ ਐਕਟਰ ਜਿਹੜੇ ਨੇ ਉਹ ਸਿੱਖ ਫਿਲਮਾਂ ਵਿੱਚ ਲਏ ਜਾਣਗੇ ਔਰ ਸਿੱਖ ਐਸਾ ਜਿਹੜਾ ਹੈ ਉਹ ਸੋਚ ਰੱਖਦਾ ਵੀ ਸਾਡੇ ਗੁਰੂ ਸਾਹਿਬ ਜੀ ਦੀ ਕਦੇ ਜਿਹੜੀ ਹੈ ਮੂਵੀ ਨਹੀਂ ਬਣਨੀ ਚਾਹੀਦੀ ਸੋ ਇਹ ਦੁਬਾਰਾ ਇੱਕ ਇਸ਼ੂ ਉੱਠਿਆ ਜਦੋਂ ਸ਼੍ਰੋਮਣੀ ਕਮੇਟੀ ਨੇ ਆਪਣੇ ਸਾਰੇ ਹੀ ਗੁਰਦੁਆਰਿਆਂ ਨੂੰ ਇੱਕ ਲੈਟਰ ਜਾਰੀ ਕੀਤਾ ਉਹ ਮੇਰੇ ਕੋਲ ਲੈਟਰ ਹੈ ਉਹਦੇ ਵਿੱਚ ਇਹ ਜਿਹੜੀ ਹੈ ਲੈਟਰ ਇਹ ਇਸ਼ੂ ਕੀਤੀ ਗਈ 19/3/2018 ਨੂੰ ਮਾਰਚ ਦੇ ਮਹੀਨੇ ਵਿੱਚ 18 ਨੂੰ ਉਹਦੇ ਵਿੱਚ ਲਿਖਿਆ ਗਿਆ ਇਹ ਸਰਕੂਲਰ ਹੈ ਜੀ ਕਿ ਸਮੂਹ ਮੈਨੇਜਰ ਸਾਹਿਬਾਨ ਗੁਰਦੁਆਰਾ ਸਾਹਿਬਾਨ ਸ਼੍ਰੀਮਾਨ ਜੀ ਹਰਵਿੰਦਰ ਸਿੰਘ ਸਿੱਕਾ ਪ੍ਰੋਡਿਊਸਰ ਨਾਨਕ ਸ਼ਾਹ ਫਕੀਰ 160 ਪੈਕਟ ਨੰਬਰ 1 ਜਸੌਲਾ ਨਵੀਂ ਦਿੱਲੀ ਵੱਲੋਂ ਪੁੱਜੀ ਪੱਤਰਕਾਰ ਦੇ ਸੰਬੰਧ ਵਿੱਚ ਲਿਖਿਆ ਜਾਂਦਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅੰਮ੍ਰਿਤਸਰ ਦੀ ਸਬ ਕਮੇਟੀ ਵੱਲੋਂ ਮਨਜ਼ੂਰਸ਼ੁਦਾ ਧਾਰਮਿਕ ਫਿਲਮ ਨਾਨਕ ਸ਼ਾਹ ਫਕੀਰ ਦਾ ਪ੍ਰਚਾਰ ਗੁਰਦੁਆਰਾ ਸਾਹਿਬਾਨ ਦੇ ਕੰਪਲੈਕਸ ਵਿਖੇ ਯੋਗ ਥਾਵਾਂ ਪਰ ਇਸ਼ਤਿਹਾਰ ਲਗਾਉਣ ਦੀ ਆਗਿਆ ਹੈ ਮੈਨੇਜਰ ਸਾਹਿਬਾਨ ਆਪਣੀ ਹਾਜ਼ਰੀ ਵਿੱਚ ਢੁੱਕਵੀਂ ਜਗ੍ਹਾ ਦੇ ਕੇ ਇਸ਼ਤਿਹਾਰ ਲਗਵਾ ਦੇਣ ਦੀ ਕਿਰਪਾਲਤਾ ਕਰਨ ਸ਼੍ਰੋਮਣੀ ਕਮੇਟੀ ਨੇ ਹੋਰ ਬਹੁਤ ਸਾਰੀਆਂ ਸਿੱਖ ਮੂਵੀਜ਼ ਆਈਆਂ ਭਾਈ ਤਾਰੂ ਸਿੰਘ ਅਤੇ ਹੋਰ ਇਹਦੇ ਨਾਲ ਲੱਗਦੀਆਂ ਹੋਈਆਂ ਚਾਰ ਸਾਹਿਬਜ਼ਾਦੇ ਆਦਿਕ ਸ਼੍ਰੋਮਣੀ ਕਮੇਟੀ ਨੇ ਉਹਨਾਂ 'ਤੇ ਇਹੋ ਜਿਹੀ ਮੈਨੂੰ ਜਿੱਥੋਂ ਤੱਕ ਸੋਚ ਹੈ ਕੋਈ ਪੱਤਰਿਕਾ ਜਾਰੀ ਨਹੀਂ ਕੀਤੀ ਪਰ ਇਸ ਫਿਲਮ ਨੂੰ ਜਿਨ੍ਹਾਂ ਸਿੱਖਾਂ ਨੇ ਬਹੁਤ ਜ਼ਿਆਦਾ ਵਿਰੋਧ ਕੀਤਾ ਉਸ ਫਿਲਮ ਨੂੰ ਮਨਜ਼ੂਰਸ਼ੁਦਾ ਭਾਵ ਕਿ ਸ਼੍ਰੋਮਣੀ ਕਮੇਟੀ ਆਪਣੇ ਵੱਲੋਂ ਦਿਖਾਇਆ ਕਰੇਗੀ ਅਤੇ ਉਹਦੇ ਇਸ਼ਤਿਹਾਰ ਗੁਰਦੁਆਰੇ ਸਾਹਿਬਾਨ ਦੇ ਘਰਾਂ ਵਿੱਚ ਲੱਗਣਗੇ ਜਦੋਂ ਇਹ ਖਬਰ ਸਾਰੇ ਪਾਸੇ ਪੁੱਜੀ ਇਹ ਜਿਹੜੀ ਹੈ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਵੱਲੋਂ ਜਾਰੀ ਹੋਈ ਜਿਹੜਾ ਸਰਕੂਲਰ ਹੈ ਸਿੱਖਾਂ ਦੇ ਹਿਰਦਿਆਂ ਨੂੰ ਵਲੂੰਦਰ ਦਾ ਗਿਆ ਅਤੇ ਸਿੱਖਾਂ ਨੇ ਹਰ ਪਾਸੇ ਰੌਲਾ ਪਾ ਦਿੱਤਾ ਕਿ ਜੇ ਫਿਲਮ ਲੱਗੀ ਤਾਂ ਅਸੀਂ ਵਿਰੋਧ ਕਰਾਂਗੇ ਇਸ ਫਿਲਮ ਨੂੰ ਬੰਦ ਕਰਾਵਾਂਗੇ ਜਿਸ 'ਤੇ ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਿੱਖਾਂ ਦਾ ਵਿਰੋਧ ਦੇਖਦੇ ਹੋਏ ਇਸ ਫਿਲਮ ਨੂੰ ਜਾਰੀ ਕਰਨ ਦੀ ਮੰਗ ਨੂੰ ਵਾਪਸ ਲੈ ਲਿਆ ਪ੍ਰਧਾਨ ਹੋਰਾਂ ਨੇ ਇਹ ਗੱਲ ਕਹੀ ਕਿ ਅਸੀਂ ਇਹ ਫਿਲਮ ਨਹੀਂ ਲਾਵਾਂਗੇ ਜਾਂ ਨਹੀਂ ਦੇਖਾਂਗੇ ਜਾਂ ਨਹੀਂ ਅਸੀਂ ਇਸ ਦੀ ਪ੍ਰਮੋਸ਼ਨ ਕਰਾਂਗੇ ਹੁਣ ਦੇਖਣ ਵਾਲੀ ਗੱਲ ਹੈ ਉਹ ਕਿਹੜੀਆਂ ਸ਼ਕਤੀਆਂ ਨੇ ਜਿਹੜੀਆਂ 2 ਸਾਲ ਪਿੱਛੋਂ ਸਿੱਖਾਂ ਨੂੰ ਹਲੂਣਦੀਆਂ ਨੇ ਦੇਖਦੀਆਂ ਨੇ ਕਿ ਸਿੱਖਾਂ ਵਿੱਚ ਅਜੇ ਇਹਨਾਂ 'ਚ ਜਾਗਰਿਤੀ ਹੈ ਕਿ ਨਹੀਂ ਹੈ ਉਹ ਲੋਕ ਪਿੱਛੇ ਨਹੀਂ ਹਟੇ ਹੋਰ 6 ਪਿੱਛੋਂ ਜਦੋਂ ਇਹਨਾਂ ਨੇ ਕਹਿ ਦਿੱਤਾ ਅੰਦਰ ਖਾਤੇ ਪ੍ਰਧਾਨ ਹੋਰਾਂ ਨੇ ਸ਼੍ਰੋਮਣੀ ਕਮੇਟੀ ਅਕਾਲੀ ਦਲ ਨੇ ਪਤਾ ਨਹੀਂ ਕੀ ਲੈਣ ਦੇਣ ਕਰਕੇ ਇਸ ਫਿਲਮ ਨੂੰ ਜਿਹੜਾ ਹੈ ਪ੍ਰਮੋਟ ਕੀਤਾ ਜਾ ਰਿਹਾ ਜਿਹੜੀ ਸਿੱਖਾਂ ਨੂੰ ਕਬੂਲ ਹੀ ਨਹੀਂ ਪ੍ਰਵਾਨ ਹੀ ਨਹੀਂ ਔਰ ਉਸ ਫਿਲਮ ਦੇ ਵਿੱਚ ਜਿਹੜੀ ਤੁਸੀਂ ਐਕਟਰ ਦੇਖ ਰਹੇ ਹੋ ਇਹ ਜਿਹੜੀ ਬੀਬੀ ਹੈ ਇਹ ਬੇਬੇ ਨਾਨਕੀ ਦਾ ਰੋਲ ਅਦਾ ਕਰ ਰਹੀ ਹੈ ਉਹਦੇ ਨਾਲ ਨਾਲ ਜਿਹੜਾ ਇੱਕ ਭਾਈ ਮਰਦਾਨੇ ਦੀ ਨਿਭਾਉਣ ਵਾਲਾ ਆਰਿਫ ਜ਼ਕਰੀਆ ਉਹ ਵੀ ਤੁਹਾਡੇ ਸਾਹਮਣੇ ਹੈ ਇਹਨਾਂ ਵਿੱਚੋਂ ਕਿਤੇ ਮਤਲਬ ਇਹ ਲੋਕ ਜਿਹੜੀ ਸਿੱਖ ਸੋਚ ਨੂੰ ਅਸੀਂ ਬੜੇ ਰਿਸਪੈਕਟ ਯੋਗ ਨੇ ਬੇਬੇ ਨਾਨਕੀ ਜੀ ਸਾਡੇ ਲਈ ਭਾਈ ਮਰਦਾਨਾ ਜੀ ਉਹਨਾਂ ਦੀ ਜਿਹੜੀ ਹੈ ਐਕਟਿੰਗ ਕਰਕੇ ਸਾਨੂੰ ਕੀ ਦੱਸਣਾ ਚਾਹੁੰਦੇ ਨੇ ਸਕਰੀਨ ਦੇ ਉੱਪਰ ਇਹੋ ਜਿਹੇ ਹਾਲਾਤ ਵਿੱਚ ਪ੍ਰਧਾਨ ਨੇ ਆਪਣਾ ਇਹ ਲਿਆ ਹੋਇਆ ਫੈਸਲਾ ਜਿਹੜਾ ਵਾਪਸ ਲੈ ਲਿਆ ਵਧੀਆ ਹੈ ਪਰ ਮੈਂ ਇਹ ਸੋਚਦਾ ਕਿ ਗੱਲ ਇਹ ਹੈ ਵੀ ਇਹ ਹੋਇਆ ਕਿਉਂ ਕਿਉਂ ਕੀਤਾ ਜਾਂਦਾ ਬਾਰ ਬਾਰ ਐਸਾ ਕਿ ਸ਼੍ਰੋਮਣੀ ਕਮੇਟੀ ਨੂੰ ਲਾਲਚ ਦਿੱਤਾ ਜਾਂਦਾ ਜਾਂ ਦਬਾਅ ਪਾਇਆ ਜਾਂਦਾ ਕਿ ਤੁਸੀਂ ਇਹ ਕੰਮ ਕਰੋ ਸ਼੍ਰੋਮਣੀ ਕਮੇਟੀ ਪ੍ਰਚਾਰ ਤਾਂ ਕਰਦੀ ਨਹੀਂ ਪੰਜਾਬ ਦੇ ਵਿੱਚ ਲਗਾਤਾਰ ਖੁੱਲ੍ਹ ਰਹੇ ਡੇਰੇ ਅਤੇ ਪੰਜਾਬ ਦੇ ਵਿੱਚ ਸਿੱਖ ਰਹਿਤ ਮਰਿਆਦਾ ਸਿਰਫ ਚੰਦ ਕੁ ਲੋਕਾਂ ਤੱਕ ਪਹੁੰਚਦੀ ਕਰਨ ਵਾਲੀ ਸ਼੍ਰੋਮਣੀ ਕਮੇਟੀ ਜਿਹੜਾ ਬਜਟ 100 ਅਰਬ ਤੋਂ ਉੱਪਰ ਹੈ ਉਹ ਨਾ ਤਾਂ ਸਿੱਖਾਂ ਵਾਸਤੇ ਵਧੀਆ ਸਕੂਲ ਬਣਾ ਸਕੀ
ਨਾ ਵਧੀਆ ਸਕੂਲ ਕਾਲਜ ਬਣਾ ਸਕੀ ਅਤੇ ਨਾ ਹੀ ਸਿੱਖੀ ਦਾ ਪ੍ਰਚਾਰਕ ਪੰਜਾਬ ਛੋਟਾ ਜਿਹਾ 17 ਜ਼ਿਲ੍ਹਿਆਂ ਦਾ ਹੈ ਇੰਨਾ ਵੱਡਾ ਬਜਟ ਲੈ ਕੇ ਵੀ ਜੇ ਸ਼੍ਰੋਮਣੀ ਕਮੇਟੀ ਸਿਰਫ ਆਪਣੇ ਮੁਲਾਜ਼ਮਾਂ ਨੂੰ ਤਨਖਾਹਾਂ ਹੀ ਦੇਣੀਆਂ ਨੇ ਜੇ ਗੁਰਦੁਆਰਿਆਂ ਦੀ ਸੇਵਾ ਸੰਭਾਲਤੇ ਉਹ ਪੈਸਾ ਲਾ ਦੇਣਾ ਹੈ ਤਾਂ ਫਿਰ ਸ਼੍ਰੋਮਣੀ ਕਮੇਟੀ 'ਤੇ ਸਵਾਲੀਆ ਨਿਸ਼ਾਨ ਉੱਠਦਾ ਇਸ ਫਿਲਮ ਤੋਂ ਮੈਂ ਚਾਹੁੰਦਾ ਕਿ ਜਿਹੜੀਆਂ ਜਾਗਰਿਤ ਧਿਰਾਂ ਨੇ ਜ਼ਰੂਰ ਇਨਵੈਸਟੀਗੇਸ਼ਨ ਕਰਨ ਕਿ ਕਿਹੜੀਆਂ ਉਹ ਤਾਕਤਾਂ ਨੇ ਜਿਹੜੀਆਂ ਸ਼੍ਰੋਮਣੀ ਕਮੇਟੀ ਦੇ ਕੋਲੋਂ ਮਨਮਤ ਵਾਲੇ ਕੰਮ ਕਰਾਉਂਦੀਆਂ ਨੇ ਕਿਉਂਕਿ ਖਾਲਸੇ ਦਾ ਸਾਜਣਾ ਦਿਵਸ ਆ ਰਿਹਾ ਰੋਜ਼ ਦਿਹਾੜੀ ਕੁਝ ਨਾ ਕੁਝ ਐਸਾ ਦੇਖਣ ਨੂੰ ਆ ਰਿਹਾ ਕਿ ਸਿੱਖ ਆਨੰਦ ਦੇ ਨਾਲ ਚਾਓ ਦੇ ਨਾਲ ਖਾਲਸੇ ਦੇ ਸਾਜਣਾ ਦਿਵਸ ਨੂੰ ਨਾ ਮਨਾ ਸਕਣ ਜਿੱਥੇ ਇਹ ਕੰਮ ਹੋਇਆ ਉੱਥੇ ਚਾਹੀਦਾ ਸੀ ਪ੍ਰਧਾਨ ਨੂੰ ਕਿ ਬਿਲਕੁਲ ਸਿੱਖ ਸੰਗਤ ਨਾਲ ਵਾਅਦਾ ਕਰਦੇ ਹੁੰਦੇ ਤਾਂ ਵਾਅਦੇ ਦੇ ਝੂਠੇ ਹੀ ਨੇ ਪਰ ਕਿ ਦੁਬਾਰਾ ਇਹ ਫਿਲਮ ਜਿਹੜੀ ਹੈ ਕਦੀ ਵੀ ਰਿਲੀਜ਼ ਨਹੀਂ ਕੀਤੀ ਜਾਵੇਗੀ ਐਸਾ ਜਿਹੜਾ ਸੀ ਉਹ ਮਤਾ ਪਾਉਣਾ ਚਾਹੀਦਾ ਸੀ ਪ੍ਰਧਾਨ ਨੂੰ ਜਿਹੜਾ ਨਹੀਂ ਹੋਇਆ ਦੇਖੋ ਸਾਲ ਦੋ ਸਾਲ ਤੱਕ ਫਿਰ ਇਹ ਫਿਲਮ ਦਾ ਮੁੱਦਾ ਚੁੱਕ ਕੇ ਸਿੱਖਾਂ ਦੀਆਂ ਭਾਵਨਾਵਾਂ ਨਾਲ ਖੇਡਣ ਦੀ ਕੋਸ਼ਿਸ਼ ਕੀਤੀ ਜਾਵੇਗੀ ਉਹ ਵੀ ਸਿੱਖਾਂ ਦੀ ਸਿਰਮੌਰ ਜਥੇਬੰਦੀ ਵੱਲੋਂ ਇਹਨਾਂ ਹਾਲਾਤਾਂ ਵਿੱਚ ਸਾਡੀ ਜ਼ਿੰਮੇਵਾਰੀ ਕੀ ਬਣਦੀ ਹੈ ਵੀ ਜੇ ਜਥੇਦਾਰ ਵੀ ਆਪਣੀ ਜ਼ਿੰਮੇਵਾਰੀ ਤੋਂ ਭੱਜ ਗਏ ਸ਼੍ਰੋਮਣੀ ਕਮੇਟੀ ਸ਼੍ਰੋਮਣੀ ਅਕਾਲੀ ਦਲ ਭੱਜ ਗਏ ਅਤੇ ਫਿਰ ਸਾਡੇ ਸਿੱਖਾਂ ਦਾ ਜਿਹੜੇ ਪੰਥ ਨੂੰ ਗ੍ਰੰਥ ਨੂੰ ਪਿਆਰ ਕਰਦੇ ਨੇ ਬੋਤਾ ਸਿੰਘ ਗਰਜਾ ਸਿੰਘ ਵਾਂਗੂ ਡਟ ਜਾਣਾ ਗਿਆਨੀ ਦਿੱਤ ਸਿੰਘ ਪ੍ਰੋਫੈਸਰ ਗੁਰਮੁਖ ਸਿੰਘ ਵਾਂਗੂ ਡਟ ਜਾਣਾ ਵੀ ਜੇ ਇਹ ਨਹੀਂ ਜ਼ਿੰਮੇਵਾਰੀ ਸੰਭਾਲੇ ਤਾਂ ਸਾਡੀ ਜ਼ਿੰਮੇਵਾਰੀ ਹੈ ਸਿੱਖੀ ਨੂੰ ਚੜ੍ਹਦੀ ਕਲਾ ਵਿੱਚ ਖੜ੍ਹਨ ਦੀ ਜੀ ਮੇਰੇ ਕੋਲ ਅਗਲੀ ਖਬਰ ਹੈ ਜੀ ਆਉਂਦੇ ਦਿਨਾਂ ਵਿੱਚ ਕਿਉਂਕਿ ਇੰਗਲੈਂਡ ਦੇ ਵਿੱਚ 53 ਕਾਮਨਵੈਲਥ ਦੇਸ਼ਾਂ ਦੀ ਬੈਠਕ ਹੋ ਰਹੀ ਹੈ ਇਸ ਬੈਠਕ ਦੇ ਵਿੱਚ ਜਿਹੜੀ ਹੈ ਜੀ ਉਹ ਕੋਸ਼ਿਸ਼ ਕੀਤੀ ਜਾ ਰਹੀ ਹੈ ਬਹੁਤ ਸਾਰੇ ਦੇਸ਼ਾਂ ਦੇ ਪ੍ਰਧਾਨ ਮੰਤਰੀ ਆ ਰਹੇ ਨੇ ਉਹਦੇ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆ ਰਹੇ ਨੇ ਅਜਿਹੀ ਹਾਲਾਤ ਦੇ ਵਿੱਚ ਬਹੁਤ ਸਾਰੀਆਂ ਸਿੱਖ ਜਥੇਬੰਦੀਆਂ ਵੱਲੋਂ ਇਹ ਜਿਹੜੇ ਨਰਿੰਦਰ ਮੋਦੀ ਦੇ ਵਿਰੋਧ ਦੀ ਜਿਹੜੀ ਗੱਲ ਸਾਹਮਣੇ ਆ ਰਹੀ ਹੈ ਬੜੇ ਵੱਡੇ ਲੈਵਲ 'ਤੇ ਵਿਰੋਧ ਕੀਤਾ ਜਾਵੇਗਾ ਉੱਥੇ ਨਾਲ ਹੀ ਬ੍ਰਿਟੇਨ ਦੇ ਸਿੱਖ ਜਿਹੜੇ ਨੇ ਉਹ ਜਸਟਿਨ ਟਰੋਡੋ ਦਾ ਜਿਹੜਾ ਹੈ ਉਹ ਬਿਲਕੁਲ ਉਹਦਾ ਜੀਆਂ ਕਹਿਣ ਵਾਸਤੇ ਉਹਦਾ ਸਵਾਗਤ ਕਰਨ ਵਾਸਤੇ ਲੰਡਨ ਵਿੱਚ ਇਕੱਤਰ ਹੋਣ ਜਾ ਰਹੇ ਨੇ ਕਿਉਂਕਿ ਭਾਰਤ ਦੇ ਜਿਹੜੀਆਂ ਸਰਕਾਰਾਂ ਨੇ ਭਾਰਤ ਵਿਚਲੇ ਸਿੱਖ ਤਾਂ ਸ਼ਾਇਦ ਨਾ ਬੋਲਣ ਕਿਉਂਕਿ ਉੱਥੇ ਉਹਨਾਂ ਨੂੰ ਵਿਚਾਰਿਆਂ ਨੂੰ ਇੰਨੀ ਹੋਸ਼ ਹੀ ਨਹੀਂ ਆਉਣ ਦਿੱਤੀ ਜਾਂਦੀ ਸਾਡੇ ਲੀਡਰਾਂ ਨੂੰ ਹਾਈਜੈਕ ਕੀਤਾ ਹੋਇਆ ਜਿਹੜੇ ਸਿੱਖ ਮੁੱਦਿਆਂ 'ਤੇ ਗੱਲ ਨਹੀਂ ਕਰਦੇ ਪਰ ਉੱਥੇ ਜਿਹੜੀ ਬਾਹਰ ਵਿਦੇਸ਼ਾਂ ਵਿੱਚ ਬੈਠੇ ਹੋਏ ਸਿੱਖ ਨੇ ਉਹ ਜਾਗਰਿਤ ਧਿਰਾਂ ਨੇ ਉਹ ਵਿਰੋਧ ਕਰਕੇ ਜਿਵੇਂ ਜਗਤਾਰ ਸਿੰਘ ਜੱਗੀ ਦਾ ਮੁੱਦਾ ਹੈ ਜਾਂ ਸਿੱਖਾਂ ਦੀਆਂ ਮੰਗਾਂ ਦਾ ਮੁੱਦਾ ਹੈ ਜਾਂ ਸਿੱਖਾਂ ਦੇ ਧਾਰਮਿਕ ਜਿਹੜੇ ਮਸਲੇ ਨੇ ਉਹਨਾਂ ਵਿੱਚ RSS ਦੀ ਇੰਟਰਫੇਰੈਂਸ ਦਾ ਮਸਲਾ ਹੈ ਜਾਂ ਸਿੱਖਾਂ ਨੂੰ ਜੇਲ੍ਹਾਂ ਵਿੱਚ ਡੱਕ ਕੇ ਉਹਨਾਂ ਦੇ ਤਸ਼ੱਦਦ ਦਾ ਮਸਲਾ ਹੈ ਇਹਨਾਂ ਸਾਰਿਆਂ ਦੇ ਉੱਪਰ ਵਿਦੇਸ਼ਾਂ ਦੇ ਸਿੱਖ ਜਿਹੜੇ ਨੇ ਜੇ ਬਿਲਕੁਲ ਓਨੈਸਟ ਹੋ ਕੇ ਚੱਲਣ ਤਾਂ ਇੱਕ ਬੜਾ ਵੱਡਾ ਦਬਾਅ ਬ੍ਰਿਟੇਨ ਦੇ ਰਾਹੀਂ ਬਣ ਸਕਦਾ ਹੈ ਵੀ ਨਰਿੰਦਰ ਮੋਦੀ ਜਿੱਥੇ ਵੀ ਵਿਦੇਸ਼ਾਂ ਵਿੱਚ ਜਾਂਦੇ ਨੇ ਉੱਥੇ ਜਿੱਥੇ ਜਿੱਥੇ ਜਾਗਰਿਤ ਸਿੱਖ ਬੈਠੇ ਹੋਏ ਨੇ ਜਾਂ ਕਸ਼ਮੀਰੀ ਬੈਠੇ ਹੋਏ ਨੇ ਉਹ ਉਹਨਾਂ ਦਾ ਵਿਰੋਧ ਕਰਦੇ ਨੇ ਸੋ ਦੇਖਦੇ ਹਾਂ ਜੀ ਆਉਣ ਵਾਲੇ ਦਿਨਾਂ ਵਿੱਚ ਕਿਉਂਕਿ ਇੰਗਲੈਂਡ ਦੀਆਂ ਬਹੁਤ ਸਾਰੀਆਂ ਜਥੇਬੰਦੀਆਂ ਨੇ ਇਹ ਲਿਖਤੀ ਰੂਪ ਵਿੱਚ ਪ੍ਰੈਸ ਬਿਆਨ ਦਿੱਤਾ ਹੈ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਦਾ ਜਿਹੜਾ ਹੈ ਉਹ ਵਿਰੋਧ ਕੀਤਾ ਜਾਵੇਗਾ ਅਤੇ ਨਾਲ ਹੀ ਜਸਟਿਨ ਟਰੋਡੋ ਹੋਰਾਂ ਨੂੰ ਜਿਹੜਾ ਹੈ ਉਹ ਇੱਥੇ ਜੀ ਐਂ ਕਿਹਾ ਜਾਵੇਗਾ ਜੀ ਮੇਰੇ ਕੋਲ ਅਗਲੀ ਖਬਰ ਹੈ ਜੀ ਰਾਧੇ ਮਾਂ ਇੱਕ ਪਖੰਡਨ ਔਰਤ ਜਿਹੜੀ ਇੱਕ ਦੇਵੀ ਬਣ ਕੇ ਲੋਕਾਂ ਨੂੰ ਲੁੱਟ ਰਹੀ ਹੈ ਤਕਰੀਬਨ 2-3 ਸਾਲ ਭਾਰਤ ਦੇ ਮੀਡੀਆ ਵਿੱਚ ਛਾਈ ਰਹੀ ਇਹ ਜਿਹੜੀ ਹੈ ਆਪਣੇ ਆਪ ਨੂੰ ਦੇਵੀ ਦਾ ਰੂਪ ਦੱਸਦੀ ਹੈ ਇੱਕ ਸਿੱਖ ਪਰਿਵਾਰ ਤੋਂ ਬਿਲੋਂਗ ਕਰਦੀ ਹੋਈ ਸੁਖਵਿੰਦਰ ਕੌਰ ਪਖੰਡਨ ਦੇਵੀ ਦੇ ਰੂਪ ਵਿੱਚ ਇੰਨਾ ਜ਼ਿਆਦਾ ਇਹਦਾ ਵੱਧ ਗਿਆ ਕਿ ਭਾਰਤ ਦੇ ਸੋਸ਼ਲ ਮੀਡੀਆ ਅਤੇ ਭਾਰਤ ਦੀ ਨਿਊਜ਼ ਪੇਪਰਸ ਦੇ ਵਿੱਚ ਨਿਊਜ਼ ਚੈਨਲ ਦੇ ਉੱਪਰ ਇਹ ਛਾਈ ਰਹੀ ਕਿ ਇਹ ਆਪਣੇ ਡੇਰੇ ਵਿੱਚ ਪਖੰਡ ਤੋਂ ਲੈ ਕੇ ਦੇਹ ਵਪਾਰ ਤੱਕ ਅਤੇ ਹੋਰ ਬਹੁਤ ਕੁਝ ਐਸਾ ਜਿਹੜਾ ਮੈਂ ਨਹੀਂ ਤੁਹਾਨੂੰ ਦੱਸ ਸਕਦਾ ਉਹ ਕਰਦੀ ਹੈ ਜੇਲ੍ਹ ਵਿੱਚ ਵੀ ਜਾਣਾ ਪਿਆ ਕਿਉਂਕਿ ਲੋਕਾਂ ਦੇ ਪੈਸੇ ਠੱਗੇ ਪਤਾ ਨਹੀਂ ਕਿਹੜੇ ਤਰੀਕੇ ਨਾਲ ਫਿਰ ਇਸ ਨੂੰ ਉਭਾਰ ਕੇ ਸਾਹਮਣੇ ਲਿਆਂਦਾ ਗਿਆ ਅਤੇ ਲਿਆ ਕੇ ਦਰਬਾਰ ਸਾਹਿਬ ਬਿਠਾ ਦਿੱਤਾ ਗਿਆ ਕੋਈ ਵੀ ਦਰਬਾਰ ਸਾਹਿਬ ਮੱਥਾ ਟੇਕਣ ਆ ਸਕਦਾ ਪਰ ਇਹਦੇ ਦੁਆਲੇ ਦੁਆਲੇ ਸ਼੍ਰੋਮਣੀ ਕਮੇਟੀ ਦਾ ਫਿਰਨਾ ਇਹਨੂੰ ਸ਼੍ਰੋਮਣੀ ਕਮੇਟੀ ਵੱਲੋਂ ਸਨਮਾਨਿਤ ਕਰਨਾ ਅਤੇ ਇਹਨੇ ਉੱਥੇ ਮੀਡੀਆ ਦੇ ਵਿੱਚ ਕਿਹਾ ਜੀ ਮੈਂ ਦਰਬਾਰ ਸਾਹਿਬ ਨੂੰ ਕੁਝ ਥਾਲ ਅਤੇ ਚਮਚੇ ਦਾਨ ਕਰਨ ਆਈ ਹਾਂ ਇਹਨਾਂ ਪਤਾ ਹੀ ਨਹੀਂ ਸਿੱਖ ਉੱਥੇ ਕਰੋੜਾਂ ਰੁਪਈਏ ਸੇਵਾ ਭੇਟਾ ਦੇ ਕੇ ਵੀ ਕਦੀ ਨਹੀਂ ਕਹਿੰਦਾ ਮੈਂ ਦਾਨ ਕਰਦਾ ਅਤੇ ਇਹਨੂੰ ਸਰੋਪੇ ਗੱਲ 'ਚ ਪਾਈ ਜਾ ਰਹੇ ਨੇ ਮੈਨੂੰ ਸਮਝ ਨਹੀਂ ਆਉਂਦੀ ਸ਼੍ਰੋਮਣੀ ਕਮੇਟੀ ਨੂੰ ਸਿੱਖ ਪੈਸਾ ਇਸ ਕਰਕੇ ਦੇ ਰਹੇ ਨੇ ਕਿ ਜਾਂ ਨਾਨਕ ਸ਼ਾਹ ਫਕੀਰ ਵਰਗੀ ਫਿਲਮ ਜਾਂ ਇਸ ਪਖੰਡਣ ਔਰਤ ਨੂੰ ਰਾਧੇ ਮਾਂ ਵਰਗੀਆਂ ਨੂੰ ਜਾਂ ਹੋਰ ਬਹੁਤ ਸਾਰੇ ਪਖੰਡੀਆਂ ਨੂੰ ਜਾਂ ਉਹਨਾਂ ਵਰਗਿਆਂ ਨੂੰ ਅਡਵਾਨੀ ਵਰਗਿਆਂ ਨੂੰ ਜਿਹੜੇ ਕਹਿੰਦੇ ਨੇ ਕਿ ਅਸੀਂ ਇਹ ਹਮਲਾ ਕਰਾਉਣ ਵਾਸਤੇ ਇੰਦਰਾ ਗਾਂਧੀ ਨੂੰ ਕਿਹਾ ਹੈ ਅਡਵਾਨੀ ਨਰਿੰਦਰ ਮੋਦੀ ਅਤੇ ਹੋਰਾਂ ਨੂੰ ਸਨਮਾਨਿਤ ਕਰਨ ਵਾਸਤੇ ਨੇ
कि सिख संगतां दी जिहड़ी माया है गोलक दे विच इस करके पै रही है कि इस पैसे तो जिहड़े अंपलायड लोग ने वो इहो जिहे पखंडियां नूं सन्मानित करन ते सिखां दी उत्थे वात ना पुछन। अजिही हालात विच इह सानूं पता लगदा है कि उपरों प्रैशराइज करके श्रोमणी कमेटी कोलों इहो जिहे पखंडियां नूं सन्मानित करवाया जा रहा है। कदी रामदेव नूं सन्मानित कराया जांदा है, कदी श्री श्री रवि शंकर ते होर पखंडियां नूं। उत्थे जिहड़े सिख सोच जिहड़े अकाल तख्त साहिब दी मर्यादा नूं समर्पित ने उत्थों जथेदारां वल्लों नित घुरकियां ते जथेदार वल्लों नित बयान आउंदे ने, गिदड़ भबकियां जिहड़ियां ने उह दित्तियां जांदियां ने। गल उत्थे आ गई कि जो हाल गुरद्वारा सुधार लहर तों पहलों गुरद्वारा दे प्रबंधकां दा सी उहो जिहा हाल दुबारा हुंदा जा रिहा। इस गल दी जिनी निखेधी कीती जावे उन्नी घट है। कोई भी आ के दर्शन कर सकदा, कोई भी आण के सेवा कर सकदा है, पर यह श्रोमणी कमेटी दसे भी इन्हें मनुखता की कि सेवा की है जिदे करके इन सन्मानित किया जा रहा। हज़ार लोगों ठगी कर ली और पखंडण बन के नचना, ये वीडियो योजे वायरल होए ने, बंदा सोच भी नहीं सकता भी एक धार्मिक बंदा योजे काम कर सकता। शर्म आनी चाहिए श्रोमणी कमेटी योजे लोगों सन्मानित करद्या हो जी। मेरे को अगली खबर है जी, कैनेडा के अलबर्टा तो खुशी की खबर आ रही है जी। उतों की सरकार ने NDP सरकार ने फैसला लेंदे 18 साल तो वध उम्र के सिख मोटरसाइकलों के चालकों को हैलमेट तो छोट देने का ऐलान किया है। सूबे के ट्रांसपोर्ट मंत्री ब्रायन मैसन ने ऐलान किया कि यह छोट 12 अप्रैल तो शुरू होगी। खालसे का साजना दिवस आ रहा है। ब्रिटेन के आई थिंक 70 के सिखा ने यह लड़ाई जीती सी, हूँ यो जी सू छोट ब्रिटेन दे कैनेडा दे मिल रही है। ब्रिटिश कोलंबिया अते मोनीटोबा तो बाद अल्बर्टा मुल्क का तीजा सूबा बन गया जिथे सिख मोटरसाइकिल चालकों हैलमेट की बजाय दस्तार बनने की खुल होगी। मैनू जिन्ना को पता कि उत्थे एक सिखा का ग्रुप है मोटरसाइकलों का जेडे नगर कीर्तन हमेशा ही जाते हैं। उन्होंने बाइक्स जड़िया काफ़ी महंगा होंगे और उन्होंने सरूप बड़े सोहने सज्जे फब्बे जड़े एक खिच पाते हैं सिखा की वधिया तस्वीर जोड़े पेश करते हैं। ये जड़ा है सिखा इस तरीके का अधिकार दे के अल्बर्टा जोड़ा सूबा है वह वधाई का पात्र बनया। पर दूसरे बन्ने मैं भी कह देव सरकार सानू राइट्स देंदिया ने दस्तार पहन के ड्राइविंग कर, पर सिख नौजवान दस्तार का त्याग क्यों कर रहे हैं। ब्रिटेन के समूह सिख गुरु नानक नाम लेवा सिखा मैं बेनती करांगा बच्चे बच्चियों कि सतगुरु के बख्शे हुए केस, सतगुरु की बख्शी हुई दस्तार जिदे पिछे साढ़े बजुर्गों ने इस देश विच हर जगह पर लड़ाई लड़ी, वह गुरु की बख्शी हुई सिखी, गुरु की बख्शी हुई दस्तार, गुरु के बख्शे हुए किकार सानू विसाखी ते फिर आवाज़ मारते हैं। गुरु कहिंदे ने मेरे धियां पुत्रो आओ, मैं तुहानू अपने कलावे विच वो अपना खास रूप देना चाहुंदा जिन्हों गुरु कहिंदे ने खालसा मेरो रूप है खास, खालसे मैं हूँ करो निवास, जब लग खालसा रहे न्यारा तब लग तेज दियो मैं सारा। आओ शुरुआत करिए अपनिया दस्तारा बन के गुरु घर आउण दी, दस्तारा बन के अपनी जॉब्स ते जाण दी, दस्तारा बन के समाज विच विचरण दी। ये गुरु का बख्शिया हुआ क्राउन है, ताज है, इस ताज का त्याग ना करिए सगों अपनाइए। वधाई दे पात्र ने उत्थों दे सिख जिन्हां ने यह लड़ाई लड़ी है, वधाई दी पात्र है वह सरकार जिन्हां ने विदेशों में बैठिया होया सिखां नूं ये राइट्स दिते ने। मैं इत्थों दे सिखां नूं इहो बेनती करांगा कि जे सानूं दस्तार बनण दा हक मिलिया होया तो गुरु की बख्शी हुई दस्तार नूं जरूर धारण करियो। कुछ होर खबर एक छोटी जी ब्रेक तो बाद, जुड़े रहना अकाल चैनल से। वाहिगुरू जी का खालसा, वाहिगुरू जी की फतेह। ਹੁਣ ਤੁਸੀਂ ਅਕਾਲ ਚੈਨਲ ਨੂੰ ਕਿਸੇ ਵੀ ਸਮੇਂ ਕਿਸੇ ਵੀ ਥਾਂ ਤੇ ਦੇਖ ਸਕਦੇ ਹੋ, ਉਹ ਵੀ ਅਕਾਲ ਚੈਨਲ ਦੀ ਐਪ ਦੇ ਜ਼ਰੀਏ, ਜਿਸ ਦੇ ਵਿੱਚ ਲਾਈਵ ਟੀਵੀ ਪ੍ਰੋਗਰਾਮ, ਵੀਡੀਓਜ਼, ਕੈਚਅਪ ਟੀਵੀ, ਅਕਾਲ ਰੇਡੀਓ ਅਤੇ ਨੋਟਿਸ ਦੇ ਵਿੱਚ ਸਾਰੇ ਪ੍ਰੋਗਰਾਮਾਂ ਦਾ ਵੇਰਵਾ ਮੌਜੂਦ ਹੈ। ਤੁਸੀਂ ਇਸ ਐਪ ਦੇ ਜ਼ਰੀਏ ਗੁਰਬਾਣੀ ਸੰਥਿਆ ਦਾ ਵੀ ਆਨੰਦ ਮਾਣ ਸਕਦੇ ਹੋ। ਅਕਾਲ ਚੈਨਲ ਦੀ ਐਪ ਨੂੰ ਹੁਣੇ ਡਾਊਨਲੋਡ ਕਰੋ ਗੂਗਲ ਪਲੇ ਸਟੋਰ ਅਤੇ ਐਪ ਸਟੋਰ ਦੇ ਵਿੱਚੋਂ। ਵਰਲਡ ਨੰਬਰ 1 ਸਿੱਖ ਮੀਡੀਆ ਚੈਨਲ ਅਕਾਲ ਚੈਨਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੇਖ ਰਹੇ ਹੋ ਜੀ ਅਕਾਲ ਚੈਨਲ, ਸੇਵਾ ਵਿੱਚ ਹਾਜ਼ਰ ਹਾਂ ਨਿਰਮਲਜੀਤ ਸਿੰਘ। ਖਬਰਾਂ ਦੀ ਜਿਹੜਾ ਹੈ ਸਿੱਖ ਖਬਰਨਾਮਾ ਦਾ ਦੂਸਰਾ ਪਾਰਟ ਲੈ ਕੇ ਆਪ ਜੀ ਦੀ ਸੇਵਾ ਵਿੱਚ ਹਾਜ਼ਰ ਹਾਂ। ਮੈਂ ਫਿਰ ਬੇਨਤੀ ਕਰਦਾ ਚੱਲਾਂ ਜੀ, ਸਿੱਖ ਖਬਰਨਾਮੇ ਦਾ ਪ੍ਰੋਗਰਾਮ ਜਿਹੜਾ ਹੈ ਟਾਈਮਿੰਗ ਥੋੜ੍ਹੀ ਚੇਂਜ ਹੋਈ ਹੈ। ਹੁਣ ਤੁਸੀਂ ਸਿੱਖ ਖਬਰਨਾਮਾ ਨੂੰ ਹਰ ਸੋਮਵਾਰ 6:30 ਤੋਂ 7 ਵਜੇ ਤੱਕ ਦੇਖਿਆ ਕਰੋਗੇ। ਇਹਨੂੰ ਜਿਹੜਾ ਟਾਈਮ ਨੂੰ ਚੇਤੇ ਰੱਖਣਾ, ਨਾਲ ਹੀ ਮੈਂ ਦੱਸਦਾ ਚੱਲਾਂ ਇੱਕ ਨਵਾਂ ਪ੍ਰੋਗਰਾਮ ਸ਼ੁਰੂ ਕਰਨ ਜਾ ਰਿਹਾ ਹਰ ਸ਼ੁੱਕਰਵਾਰ 4 ਤੋਂ 5 ਵਜੇ ਤੱਕ ਲੋਕ ਸੋਚ। ਜ਼ਿਆਦਾਤਰ ਤੁਸੀਂ ਸਾਨੂੰ ਸੁਣਦੇ ਹੋ, ਪ੍ਰੈਜੈਂਟਰਾਂ ਨੂੰ ਸੁਣਦੇ ਹੋ, TV ਨੂੰ ਸੁਣਦੇ ਹੋ। ਮੈਂ ਇਹ ਪ੍ਰੋਗਰਾਮ ਲੈ ਕੇ ਆਇਆ ਜਿੱਥੇ ਸਾਰੀ ਦੁਨੀਆ ਤੁਹਾਨੂੰ ਸੁਣੇਗੀ। ਕਿਸੇ ਵੀ ਵਿਸ਼ੇ ਬਾਰੇ, ਕਿਸੇ ਵੀ ਸਬਜੈਕਟ ਬਾਰੇ, ਇਸ਼ੂ ਬਾਰੇ ਤੁਸੀਂ ਕੀ ਸੋਚਦੇ ਹੋ,
ਉਹ ਸੋਚ ਜਿਹੜੀ ਤੁਹਾਡੀ ਮੈਂ ਤੁਹਾਡੀ ਕਾਲਸ ਲਵਾਂਗਾ ਤੁਹਾਡੇ ਵਿੱਚੋਂ ਹੀ ਕਿਸੇ ਨਾ ਕਿਸੇ ਨੂੰ ਮੰਥਲੀ ਜਾਂ 2 ਮੰਥ ਬਾਅਦ ਆਪਣੇ ਪ੍ਰੋਗਰਾਮ ਦੇ ਵਿੱਚ ਗੈਸਟ ਸੱਦਿਆ ਕਰਾਂਗਾ ਉਹ ਪ੍ਰੋਗਰਾਮ ਹੈ ਲੋਕ ਸੋਚ ਐਵਰੀ ਫਰਾਈਡੇ 4 to 5 ਈਵਨਿੰਗ ਜ਼ਰੂਰ ਸੁਣਨਾ ਜੀ ਜੀ ਅਗਲੀ ਖਬਰ ਵੱਲ ਚੱਲਦੇ ਹਾਂ ਜੀ ਬੇਅੰਤ ਸਿੰਘ ਕਾਂਡ ਦੇ ਵਿੱਚ ਭਾਈ ਤਾਰਾ ਜੀ ਨੂੰ ਉਮਰ ਕੈਦ ਦੀ ਸਜ਼ਾ ਹੋਈ ਭਾਈ ਮੁੱਖ ਮੰਤਰੀ ਬੇਅੰਤ ਸਿੰਘ ਦੀ ਹੱਤਿਆ ਦੇ ਮਾਮਲੇ ਵਿੱਚ ਭਾਈ ਜਗਤਾਰ ਸਿੰਘ ਤਾਰਾ ਨੂੰ ਅਦਾਲਤ ਨੇ ਮੌਤ ਤੱਕ ਉਮਰ ਕੈਦ ਦੀ ਸਜ਼ਾ ਸੁਣਾਈ ਹੈ 35,000 ਜੁਰਮਾਨਾ ਵੀ ਲਾਇਆ ਹੈ ਅਤੇ ਮੁੱਖ ਮੰਤਰੀ ਦੇ ਕਤਲ ਵਿੱਚ ਦੋਸ਼ੀ ਜਗਤਾਰ ਸਿੰਘ ਤਾਰਾ ਹੋਰਾਂ ਨੂੰ ਵਿਸ਼ੇਸ਼ ਅਦਾਲਤ ਵਿੱਚ ਸਜ਼ਾ ਸੁਣਾਈ ਗਈ ਮੈਂ ਦੱਸਦਾ ਚੱਲਾਂ ਭਾਈ ਜਗਤਾਰ ਸਿੰਘ ਤਾਰਾ ਨੂੰ ਥਾਈਲੈਂਡ ਤੋਂ ਗ੍ਰਿਫਤਾਰ ਕਰਕੇ 2 ਸਾਲ ਪਹਿਲਾਂ ਜਿਹੜਾ ਸੀ ਉਹ ਭਾਰਤ ਲਿਆਂਦਾ ਗਿਆ ਸੀ ਉਦੋਂ ਦੀ ਚੱਲ ਰਹੀ ਹੈ ਉਹਨਾਂ ਨੇ ਇਹ ਗੱਲ ਕਹੀ ਕਿ ਮੈਂ ਇਹ ਮੁਕੱਦਮਾ ਨਹੀਂ ਲੜਨਾ ਕਿਉਂਕਿ ਭਾਰਤੀ ਕਾਨੂੰਨ ਵਿਵਸਥਾ 'ਤੇ ਮੈਨੂੰ ਭਰੋਸਾ ਨਹੀਂ ਹੈ ਭਾਈ ਤਾਰਾ ਨੇ ਕਿਹਾ ਕਿ ਮੈਨੂੰ ਸਜ਼ਾ ਦਾ ਕੋਈ ਗਮ ਨਹੀਂ ਪਰ ਨਿਰਦੋਸ਼ ਲੋਕਾਂ ਦੀ ਮੌਤ ਦਾ ਅਫਸੋਸ ਜ਼ਰੂਰ ਹੈ ਅਦਾਲਤ ਵੱਲੋਂ ਜਦੋਂ ਫੈਸਲੇ ਸੁਣਾਏ ਗਏ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਅਤੇ ਦਲ ਖਾਲਸਾ ਦੇ ਆਗੂ ਵੀ ਪਹੁੰਚੇ ਸਨ ਤਾਰਾ ਸਮਰਥਕਾਂ ਨੇ ਜੇਲ੍ਹ ਕੰਪਲੈਕਸ ਦੇ ਬਾਹਰ ਡੇਰਾ ਲਾਇਆ ਸਖ਼ਤ ਸੁਰੱਖਿਆ ਹੇਠ ਕੋਰਟ ਪੁੱਜੇ ਜੱਜ ਜਿਹੜਾ ਸੀ ਉਹ ਫੈਸਲਾ ਸੁਣਾ ਕੇ ਚੁੱਪ ਚਾਪ ਜਿਹੜਾ ਉਹ ਵਾਪਸ ਆ ਗਿਆ ਉਹਨੇ ਅੱਗੋਂ ਨਾ ਕੋਈ ਗੱਲ ਕੀਤੀ ਨਾ ਕੁਝ ਸੁਣੀ ਅਜਿਹੀ ਹਾਲਤ ਵਿੱਚ ਸੰਗਤ ਜਦੋਂ ਭਾਈ ਜਗਤਾਰ ਸਿੰਘ ਤਾਰਾ ਹੋਰਾਂ ਨੂੰ ਜਿਹੜੀ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸਿੱਖ ਜਥੇਬੰਦੀਆਂ ਨੇ ਔਰ ਭਾਈ ਜਗਤਾਰ ਸਿੰਘ ਤਾਰਾ ਨੇ ਇਸ ਗੱਲ ਦੀ ਖੁਸ਼ੀ ਮਹਿਸੂਸ ਕੀਤੀ ਕਿ ਅਸੀਂ ਜੋ ਕੀਤਾ ਹੈ ਸਾਨੂੰ ਇਸ ਗੱਲ ਦਾ ਅਫਸੋਸ ਨਹੀਂ ਕਿਉਂਕਿ ਜੋ ਕੁਝ ਬੇਅੰਤ ਸਿੰਘ ਨੇ ਸਿੱਖਾਂ ਨਾਲ ਕੀਤਾ ਉਹ ਸਿੱਖਾਂ ਦੀ ਨਸਲਕੁਸ਼ੀ 'ਤੇ ਪੂਰਾ ਉਤਰਿਆ ਹੋਇਆ ਸੀ ਇੱਕ ਗੱਲ ਸਾਹਮਣੇ ਆਉਂਦੀ ਹੈ ਕਿ ਇੱਕ ਮੁੱਖ ਮੰਤਰੀ ਦੇ ਮਰਨ ਦੇ ਉੱਪਰ ਜਿੱਥੇ ਜਿੱਥੇ ਵੀ ਸਿੱਖ ਵਿਦੇਸ਼ਾਂ ਵਿੱਚ ਗਏ ਕਿਤੇ ਵੀ ਗਏ ਉਹਨਾਂ ਨੂੰ ਗ੍ਰਿਫਤਾਰ ਕਰਕੇ ਅਤੇ ਉਹਨਾਂ ਨੂੰ ਸਜ਼ਾ ਭਾਰਤੀ ਹਕੂਮਤ ਨੇ ਭਾਰਤੀ ਸੰਵਿਧਾਨ ਨੇ ਭਾਰਤੀ ਕਾਨੂੰਨ ਨੇ ਦਿੱਤੀ ਸਿੱਖ ਪਿਛਲੇ ਤਕਰੀਬਨ 30 ਸਾਲ ਤੋਂ ਉੱਚੀ ਉੱਚੀ ਟਾਰਾਂ ਮਾਰ ਕੇ ਕਹਿ ਰਹੇ ਨੇ ਉਹ ਸੁਣੋ ਇਹ ਤੁਹਾਡੇ ਕੰਨ ਬੋਲੇ ਹੋ ਗਏ ਭਾਰਤੀ ਅਦਾਲਤਾਂ ਦੇ ਸਿੱਖਾਂ ਦੇ ਕਾਤਲਾਂ ਨੂੰ ਕਦੋਂ ਸਜ਼ਾ ਦੇਵੋਗੇ ਕਦੋਂ ਤੁਹਾਨੂੰ ਹੋਸ਼ ਆਵੇਗੀ ਕਿ ਇਕੱਲਾ 8-10 ਹਜ਼ਾਰ ਸਿੱਖ ਜਿਹੜਾ ਦਿੱਲੀ ਦੇ ਵਿੱਚ ਮਾਰ ਦਿੱਤਾ ਗਿਆ ਸਿੱਖ ਬੱਚੀਆਂ ਦੇ ਰੇਪ ਅਤੇ ਬਹੁਤ ਕੁਝ ਕੀਤਾ ਗਿਆ ਗੁਰਦੁਆਰੇ ਨੂੰ ਅੱਗਾਂ ਲਾ ਦਿੱਤੀਆਂ ਗਈਆਂ ਉਹਨਾਂ ਨੂੰ ਸਜ਼ਾ ਕਿਉਂ ਨਹੀਂ ਦਿੱਤੀ ਗਈ ਇਹ ਫਿਰ ਇਸ ਗੱਲ ਦਾ ਜਵਾਬ ਤਾਂ ਬੀਜੇਪੀ ਕੋਲ ਵੀ ਨਹੀਂ ਅਕਾਲੀ ਜਿਹੜੇ ਕਹਿੰਦੇ ਨੇ ਸਾਡਾ 9 ਮਾਸ ਦਾ ਰਿਸ਼ਤਾ ਬੀਜੇਪੀ ਦੇ ਨਾਲ ਕਦੇ ਦਬਾਅ ਨਹੀਂ ਪਾਉਂਦੇ ਹਾਂ ਜਦੋਂ ਇਲੈਕਸ਼ਨ ਆਉਂਦੀ ਹੈ ਉਦੋਂ ਇੱਕ ਮੁੱਦਾ ਬਣਾ ਕੇ ਸਿੱਖਾਂ ਦੀਆਂ ਵੋਟਾਂ ਇਕੱਠੀਆਂ ਕਰਨ ਵਾਸਤੇ ਬੀਜੇਪੀ ਅਤੇ ਅਕਾਲੀ ਇਕੱਠੇ ਹੋ ਕੇ ਆਉਂਦੇ ਨੇ ਜੇ ਕਾਂਗਰਸ ਨੇ ਸਾਡੇ ਸਿੱਖ ਮਾਰ ਦਿੱਤੇ ਉਹ ਉਹਨਾਂ ਨੇ ਤਾਂ ਮਾਰੇ ਤੁਸੀਂ ਤਾਂ ਉਹਨਾਂ ਨੂੰ ਜੈੱਡ ਸਿਕਿਉਰਟੀਆਂ ਦਿੱਤੀਆਂ ਹੋਈਆਂ ਜਿੰਨੇ ਮੰਤਰੀਆਂ ਦੇ ਨਾਮ ਕਾਂਗਰਸ ਦੇ ਜਿੰਨੇ ਆਗੂਆਂ ਦੇ ਨਾਮ ਸੀ ਉਹਨਾਂ ਨੂੰ ਸਿਕਿਉਰਟੀ ਦੇਣ ਵਾਲੀ ਇਸ ਵੇਲੇ ਬੀਜੇਪੀ ਹੈ ਇਹ ਗੱਲ ਨੂੰ ਰਾਜਨਾਥ ਸਿੰਘ ਨੇ ਵੀ ਪਿਛਲੇ ਦਿਨ ਹੀ ਕਿਹਾ ਕਿ ਉਹ ਜਿਹੜਾ ਸਿੱਖਾਂ ਦੀ ਕਤਲੇਆਮ ਹੋਈ ਉਹ ਦੰਗੇ ਨਹੀਂ ਸਨ ਕਤਲੇਆਮ ਸੀ ਅਤੇ ਜੇ ਕਤਲ ਕਰਨ ਵਾਲਾ ਉਹਨੂੰ ਸਜ਼ਾ ਕਿਉਂ ਨਹੀਂ ਦਿੰਦੇ ਤੁਸੀਂ ਤਕਰੀਬਨ 3 ਸਾਲ ਤੁਹਾਡੀ ਜਿਹੜੀ ਬਣੀ ਹੋਈ 4 ਸਾਲ ਹੋ ਚੱਲੇ ਨੇ ਤੁਹਾਡੀ ਸਰਕਾਰ ਬਣੀ ਹੋਈ ਨੂੰ ਬੀਜੇਪੀ ਅਤੇ ਅਕਾਲੀਆਂ ਦੀ ਸਰਕਾਰ ਅਕਾਲੀ ਇਸ ਕਰਕੇ ਚੁੱਪ ਨੇ ਕਿ ਹਰਸਿਮਰਤ ਕੌਰ ਬਾਦਲ ਹੋਰੀ ਕੇਂਦਰ ਦੇ ਵਿੱਚ ਮੰਤਰੀ ਨੇ ਸਿੱਖ ਮੁੱਦੇ ਦੇ ਉੱਪਰ ਕਦੀ ਵੀ ਉਹ ਗੱਲ ਨਹੀਂ ਕਰਦੇ ਪਿਛਲੇ ਦਿਨੀ ਪੋਲ ਖੋਲ ਰੈਲੀ ਦੇ ਵਿੱਚ ਕਾਂਗਰਸ ਨੂੰ ਡਟ ਕੇ ਗਾਲਾਂ ਕੱਢਣ ਵਾਲੀ ਅਕਾਲੀ ਦਲ ਵੀ ਉਹ ਕਰ ਰਹੀ ਹੈ ਉਤਰੇ ਗਾਲਾਂ ਕੱਢ ਰਹੀ ਹੈ ਜਿਵੇਂ ਕਾਂਗਰਸ ਕਹਿੰਦੀ ਹੁੰਦੀ ਸੀ ਪਰ ਪੰਜਾਬ ਦੇ ਵਿੱਚ ਸਿੱਖ ਮੁੱਦਿਆਂ ਦੇ ਉੱਪਰ ਜਾਂ ਮੈਂ ਇੰਝ ਕਹਿਣਾ ਪੰਜਾਬੀਆਂ ਦੇ ਮੁੱਦੇ ਉੱਪਰ ਇਹ ਦੋਵੇਂ ਪਾਰਟੀਆਂ ਬਿਲਕੁਲ ਟੋਟਲੀ ਫੇਲ ਹੋ ਚੁੱਕੀਆਂ ਨੇ ਹੁਣ ਜਿਹੜੀ ਭਾਈ ਜਗਤਾਰ ਸਿੰਘ ਹਵਾਰਾ ਵੱਲੋਂ ਇਹ ਖੁਸ਼ੀ ਦਾ ਜ਼ਾਹਰ ਕੀਤਾ ਗਿਆ ਵੀ ਮੈਂ ਜੋ ਕੀਤਾ ਮੈਨੂੰ ਉਹ 'ਤੇ ਅਫਸੋਸ ਨਹੀਂ ਇਹਨਾਂ ਸੂਰਬੀਰਾਂ ਨੇ ਭਾਈ ਜਗਤਾਰ ਸਿੰਘ ਹਵਾਰਾ ਜਥੇਦਾਰ ਜਗਤਾਰ ਸਿੰਘ ਹਵਾਰਾ ਭਾਈ ਜਗਤਾਰ ਸਿੰਘ ਤਾਰਾ ਅਤੇ ਹੋਰ ਜਿਹੜੇ ਸਿੱਖ ਨੇ ਉਹਨਾਂ ਨੇ ਉਹਨਾਂ ਹੀ ਪੂਰਨਿਆਂ ਨੂੰ ਅੱਗੇ ਤੋਰਿਆ ਜਿਹੜਾ ਭਾਈ ਜਿੰਦਾ ਅਤੇ ਭਾਈ ਸੁੱਖਾ ਹੋਰਾਂ ਨੇ ਕੀਤੇ ਸਨ ਸੋ ਅਰਦਾਸ ਕਰਦੇ ਹਾਂ ਮਹਾਰਾਜ ਇਹਨਾਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ ਜਿਹੜੇ ਨਿਰਦੋਸ਼ ਸਿੱਖ ਜੇਲ੍ਹਾਂ ਦੇ ਵਿੱਚ ਬੈਠੇ ਹੋਏ ਨੇ ਜਦ ਇਹਨਾਂ ਦੀ ਸਜ਼ਾ ਪੂਰੀ ਹੋ ਚੁੱਕੀ ਹੈ ਉਹਨਾਂ ਨੂੰ ਭਾਰਤੀ ਹਕੂਮਤ ਜਲਦੀ ਤੋਂ ਜਲਦੀ ਰਿਹਾਅ ਕਰੇ ਆਪਣੇ ਆਪ ਨੂੰ ਦੁਨੀਆ ਦੀ ਇੱਕ ਵੱਡੀ ਸਾਰੀ ਡੈਮੋਕ੍ਰੇਸੀ ਕਹਿਣ ਵਾਲੀ ਦਾ ਸਕਸੈਸਫੁਲ ਡੈਮੋਕ੍ਰੇਸੀ ਇਨ ਇੰਡੀਆ ਪਰ ਇੱਕ ਨਿੱਕੀ ਜਿਹੀ ਛੋਟੀ ਜਿਹੀ ਕੌਮ ਜਿਹੜੀ ਤਕਰੀਬਨ ਉੱਥੇ ਵੱਸਦੇ ਹੋਏ 125 ਕਰੋੜ ਦੇ ਵਿੱਚੋਂ 2.5-3 ਕਰੋੜ ਹੈ ਉਸ ਕੌਮ ਨੂੰ ਖਤਮ ਕਰਦੀ ਹੈ ਸਾਜਿਸ਼ਾਂ ਉਸ ਲੋਕਾਂ ਦੀ ਸੋਚ ਨੂੰ ਲਾਹਨਤ ਹੈ ਜਿਹੜੀ ਇਸ ਨਿੱਕੀ ਜਿਹੀ ਕੌਮ ਜਿਹੜੀ ਸਰਬੱਤ ਦਾ ਭਲਾ ਮੰਗਦੀ ਉਹਨੂੰ ਖਤਮ ਕਰਨ 'ਤੇ ਉਹਨੂੰ ਆਪਣੇ ਵਿੱਚ ਮਰਜ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਜੀ ਮੇਰੇ ਕੋਲ ਅਗਲੀ ਖਬਰ ਹੈ ਜੀ ਇੱਕ ਇਸ਼ਤਿਹਾਰ ਮੇਰੇ ਸਾਹਮਣੇ ਆਇਆ ਹਿੰਦੀ ਵਿੱਚ ਲਿਖਿਆ ਹੋਇਆ ਜੀ ਕਿ ਲੇਤੇ ਸਤਿਗੁਰੂ ਰਾਮ ਜੀ ਰਾਮ ਰਾਮ ਜਪੇ ਸੁਖ ਪਾਵੇ ਭਾਈ ਗੁਰਦਾਸ ਕਹਿੰਦੇ ਹਿੰਦੂ ਸਿੱਖ ਏਕਤਾ ਰਾਮਨੌਮੀ ਪਰਵ ਮਨਾਇਆ ਜਾ ਰਿਹਾ ਅਤੇ ਉਹਦੇ ਵਿੱਚ ਲਿਖਿਆ ਹੋਇਆ ਜੀ ਸਤਯੁਗ ਸ਼੍ਰੀ ਰਾਮਚੰਦਰ ਜੀ ਕਲਯੁਗ ਸ਼੍ਰੀ ਸਤਿਗੁਰੂ ਨਾਨਕ ਦੇਵ ਜੀ ਅਤੇ ਪੂਜਿਆ ਸਤਿਗੁਰੂ ਦਲੀਪ ਸਿੰਘ ਜੀ ਨਾਮਧਾਰੀਆਂ ਦੇ ਗੁਰੂ ਇਹ ਤਿੰਨਾਂ ਨੂੰ ਜੋੜ ਦਿੱਤਾ ਗਿਆ ਤਿੰਨੇ ਸਤਿਗੁਰੂ ਨੇ ਮੈਂ ਐਸਾ ਦੇਖਦਾ ਮੋਹਨ ਭਾਗਵਤ ਜਿਹੜਾ ਮੁੱਖ ਮਹਿਮਾਨ ਆ ਉੱਥੇ ਅਤੇ ਇਹਨਾਂ ਨੇ ਇਹ ਸਮਾਗਮ ਕੀਤਾ 4 ਅਪ੍ਰੈਲ ਨੂੰ
लाइव टैलीकास्ट ओदे लाइव टैलीकास्ट दे विच ये नामधारी बाबा बोलिया जी असी सारे हिंदू सिख इको ही हाँ साडे गुरु ग्रंथ साहब च राम का नाम लिया गया असी राम का मंदिर बना के रवांगे हर हाल च ओ माई गॉड इन्हां ते नहीं सी बेड़ा गरकिया जिन्ना उन्हां उधर जिहड़े डेरे बना के जिहड़े देहधारी गुरु राम का पसारा सी वह अज सामने आ रहे हैं तुहानू राम मंदिर का की लेना देना जिहड़ा गुरु ग्रंथ साहब च राम आया बड़ी बारी सिखां ने स्पष्ट किया भी वह जिहड़ा राम है वह अर्थ रमिया होया दशरथ के पुत्र रामचंद्र जी नहीं ने दशरथ के पुत्र रामचंद्र जी की गल आती है गुरु कहिंदे रोवै राम निकाला पया सीता लक्ष्मण विछड़ गया तो जिहड़ा राम जपो जी ऐसे ऐसे ध्रुव प्रहलाद जपियो हर जैसे ध्रुव प्रहलाद तो बाद विच रामचंद्र आउंदे ने वह जिहड़ा किहड़ा राम जपिया वह रमिया होया राम सी सबै घट राम बोलै सारिआं विच रमिया होया वाहिगुरु है उस नाम नूं लैके ते क्योंकि पिछले दिन गुरु तेग बहादुर का शहीदी गुरपुरब RSS मनाउणा चाहुंदी सी बड़ा वड्डा विरोध होया हुण उन्होंने राम नौमी ते पिछले साल मैनूं चेते है एक जिहड़ी दलित समाज दे विचों आगू नूं बुलाया सी पर उहदा विरोध होण करके उहनूं बैठना पिया ये नामधारी आगू जिहड़ा मैं तुहानूं दस्सदा कित्थे कित्थे पहुँचदा RSS दे दिल्ली समागम का जिथे पूरे सिख कौम ने विरोध किया उत्थे जाके बैठे हुए ने मोहन भागवत दे नाल खास सांझ है मोहन भागवत कहिंदा हिंदुस्तान विच वसदे होए सारे हिंदू ने भावें उह सिख ने भावें मुसलमान ने इन्हां ने एक होर काम किया सारे नामधारियां दे इक जथा सौदा साहब दे कोल जाके कहिंदा जी साडी तुहानूं पूरी सपोर्ट है नामधारी संपर्दा दे लोकां दी अगवाई करे जसवीर सिंह ने दस्सिया कि बाबा दलीप सिंह दे आदेश ते डेरा सिरसा पहुंचे ने ते इन्हां दे दलीप सिंह ओही दलीप सिंह जिहड़ा RSS दे प्रोग्राम च बैठा होया ते उन्हां दे कहण ते सच्चा सौदा नूं अपनी पूर्ण समायत करदे ने ते जे कुछ बाबा जी नूं होया ते असीं जे कर देंगे वो कर देंगे कुछ भी नहीं होया बाबा जेल च बैठा है तुसीं की कर लिया हुण एक गल समझ लैणी असीं बड़े चिर तों इह गल कहिंदे हां कि जिहड़े डेरे बहुत सारे देहधारी गुरु राम दे डेरे अजे तां अपने भी बहुत सारे पए ने जिहड़े सरकारां दे इशारियां ते चल के सिखां नूं वंड रहे ने कोई डेरा लख सिख फड़ी बैठा कोई डेरा दो लख सिख फड़ी बैठा तो जिसने सारे सिखां नूं जोड़ना सी उह श्रोमणी गुरुद्वारा प्रबंधक कमेटी ते अकाली दल हाईजैक हो गया जिहड़ा सिखां दीआं वोटां ते चाहुंदा पर सिखां नूं जां सिख धर्म नूं वधदे फुलदे नहीं देखना चाहुंदा एक होर वार RSS ने नामधारियां दे गुरु दलीप सिंह नूं नाल लैके कीता सुचेत होकर रहना इहो जिहे वार लगातार हुंदे रहणगे ते जिउंदियां कौमां विरोध करदियां रहणगियां नहीं इह शिकवा नहीं ਵੀ ਅਸੀਂ 5,000-10,000 ਵਿਰੋਧ ਕਰਾਂਗੇ ਇੱਕ ਵੀ ਜਾਗਰਕ ਸਿੱਖ ਹੈ ਇੱਕ ਵੀ ਜਾਗਦਾ ਜਿਉਂਦੀ ਜ਼ਮੀਰ ਵਾਲਾ ਸਿੱਖ ਹੈ ਉਹਨਾਂ ਦਾ ਵਿਰੋਧ ਕਰੇਗਾ ਕਿ ਇਹੋ ਜਿਹਾ ਨੂੰ ਲੈ ਕੇ ਤੁਸੀਂ ਲੱਖ ਵਾਰੀ ਕੋਸ਼ਿਸ਼ ਕਰ ਲਓ ਸਿੱਖ ਕਦੇ ਨਾ ਹਿੰਦੂ ਸਨ ਨਾ ਕਦੇ ਹੋਣਗੇ ਸਿੱਖ ਇੱਕ ਵੱਖਰਾ ਨਿਆਰਾ ਗੁਰੂ ਦਾ ਬਖਸ਼ਿਆ ਹੋਇਆ ਧਰਮ ਹੈ ਜੀ ਬਿੱਲੀ ਜਿਹੜੀ ਹੈ ਉਹ ਬਾਹਰ ਆ ਗਈ ਹੈ ਅਮਿਤ ਸ਼ਾਹ ਨੇ ਕਰਨਾਟਕਾ ਦੀਆਂ ਇਲੈਕਸ਼ਨ ਆ ਰਹੀਆਂ ਅਤੇ ਉੱਥੇ ਹੁਣ ਜਿਹੜੇ ਕਹਿੰਦੇ ਹਿੰਦੂਤਵ ਦਾ ਪੱਤਾ ਖੇਡ ਕੇ ਜਿਹੜਾ ਹੈ ਉੱਥੇ ਜਿਹੜੀ ਅਸੀਂ ਲੜਾਈ ਲੜਾਂਗੇ ਵਿਕਾਸ ਅਤੇ ਹਿੰਦੂਤਵ ਦੇ ਮੁੱਦੇ 'ਤੇ ਲੜੀਆਂ ਜਾਣਗੀਆਂ ਲੜਾਈਆਂ ਕਰਨਾਟਕਾ ਚੋਣ ਕਰਨਾਟਕਾ 'ਚ ਭਾਜਪਾ ਦੀ ਜਿੱਤ ਜਗਾਉਣ ਲਈ ਲੱਗੇ 5 ਦਰਜਨ ਤੋਂ ਜ਼ਿਆਦਾ ਪ੍ਰਚਾਰਕ ਹੈਰਾਨੀ ਦੀ ਗੱਲ ਹੈ ਹਿੰਦੂਤਵ ਦੇ ਮੁੱਦੇ 'ਤੇ BJP ਲੜ ਰਹੀ ਹੈ ਔਰ ਜਿਹੜੀ ਜਿਹੜੀ ਸਟੇਟ ਵਿੱਚ ਗਈ ਉਹਦਾ ਬੇੜਾ ਗਰਕ ਹੀ ਕਰ ਦਿੱਤਾ ਮੰਗਿਆਈ ਇੰਨੀ ਜ਼ਿਆਦਾ ਵੱਧ ਗਈ ਕਿ ਨਰਿੰਦਰ ਮੋਦੀ ਕਹਿੰਦਾ ਸੀ ਕਿ ਕਾਂਗਰਸ ਨੇ ਲੋਕਾਂ ਨੂੰ ਮਾਰ ਕੇ ਛੱਡਣਾ ਉਹ ਤੋਂ ਲਗਭਗ 3 ਗੁਣਾ ਮੰਗਿਆਈ ਭਾਰਤ ਵਿੱਚ ਵੱਧ ਗਈ ਜਿਹੜੀ ਇਹ ਵਿਕਾਸ ਦੀ ਗੱਲ ਕਰਦੇ ਨੇ ਤਕਰੀਬਨ 50-60,000 ਕਰੋੜ ਰੁਪਈਆ ਜਿਹੜਾ ਲੈ ਕੇ ਲੋਕ ਬੈਂਕਾਂ ਤੋਂ ਕਰਪਟ ਹੋ ਕੇ ਭੱਜ ਗਏ ਇਹ ਸਾਡੇ ਚੌਂਕੀਦਾਰ ਹੋਰੀ ਇਹਨਾਂ ਚੀਜ਼ਾਂ ਨੂੰ ਦੇਖਦੇ ਰਹੇ ਕੋਈ ਵਿਰੋਧ ਨਹੀਂ ਕਰ ਸਕੇ ਭਾਜਪਾ ਦੇ ਅੰਦਰ ਵੀ ਅਮਿਤ ਸ਼ਾਹ ਦੇ ਬੇਟੇ ਵੱਲੋਂ ਪ੍ਰਾਪਰਟੀ ਜਿਹੜੀ 120 ਗੁਣਾ ਹੋ ਗਈ ਕੋਈ ਗੱਲ ਨਹੀਂ ਬੋਲ ਸਕੇ ਔਰ ਵੱਡੀ ਗੱਲ ਭਾਰਤ ਦਾ ਪ੍ਰਧਾਨ ਮੰਤਰੀ ਦੁਨੀਆ ਨੂੰ ਝੂਠ ਬੋਲ ਰਿਹਾ ਕਿ ਮੈਂ ਗ੍ਰੈਜੂਏਸ਼ਨ ਕੀਤੀ ਹੈ ਉਹ ਗ੍ਰੈਜੂਏਸ਼ਨ ਦਾ ਜਿਹੜਾ ਸਰਟੀਫਿਕੇਟ ਲਿਆ ਕੇ ਲੋਕਾਂ ਦੇ ਸਾਹਮਣੇ ਦਿੱਤਾ ਉਹ ਨਕਲੀ ਸੀ ਕੰਪਿਊਟਰ ਦਾ ਬਣਿਆ ਹੋਇਆ ਕਿਸੇ ਯੂਨੀਵਰਸਿਟੀ ਕਿੱਧਰੋਂ ਇੱਧਰੋਂ ਨਹੀਂ ਮਿਲੀ ਜੇ ਇਸ ਤਰੀਕੇ ਦੇ ਨਾਲ ਜਿਹੜੀ ਭਾਰਤ ਦੀ ਰਾਜਨੀਤੀ ਵਿੱਚ ਕਾਂਗਰਸ ਤਾਂ ਨਿਵਾਣ ਵੱਲ ਸੀ ਪਰ ਜੋ BJP ਨੇ ਨਿਵਾਣਤਾ ਲੈ ਆਉਂਦੀ ਆਪਣੇ ਉੱਥੇ ਵੱਸਦੇ ਹੋਏ ਲੋਕਾਂ ਦੇ ਵਿੱਚ ਸਹਿਣਸ਼ੀਲਤਾ ਦੀ ਉਹਦਾ ਕੋਈ ਮਿਸਾਲ ਨਹੀਂ ਔਰ ਆਉਂਦੇ ਸਮੇਂ ਵਿੱਚ ਜਿਸ ਤਰ੍ਹਾਂ ਇੰਟਰਨੈਸ਼ਨਲ ਲੈਵਲ 'ਤੇ ਮੈਂ ਨਿਊਜ਼ ਵਿੱਚ ਪੜ੍ਹਿਆ ਅਖਬਾਰ ਦੇ ਵਿੱਚ ਕਿ ਭਾਰਤ ਵਿਕਾਸਸ਼ੀਲ ਦੇਸ਼ਾਂ ਤੋਂ ਵੀ ਥੱਲੇ ਆ ਗਿਆ ਔਰ ਕਰਪਟ ਦੇਸ਼ਾਂ ਦੇ ਵਿੱਚੋਂ ਇਹਦਾ ਅਹੁਦਾ ਉੱਚਾ ਹੋ ਗਿਆ ਵੀ ਇਹ ਜਿਹੜੇ ਟੌਪ 10 ਦੇ ਵਿੱਚ ਆ ਗਿਆ ਇਹ ਸਾਰਾ ਕੁਝ BJP ਦੀ ਕਾਰਗੁਜ਼ਾਰੀ ਹੈ ਹਿੰਦੂਤਵ ਦਾ ਪੱਤਾ ਜਿਹੜਾ ਹੈ ਰਾਮ ਮੰਦਿਰ ਦਾ ਪੱਤਾ ਜਿਹੜਾ BJP ਨੂੰ ਰਾਸ ਆਇਆ ਹੋਇਆ ਪਰ ਬਹੁਤ ਲੰਮੇ ਸਮੇਂ ਤੱਕ ਨਹੀਂ ਚੱਲੇਗਾ ਕਿਉਂਕਿ ਮੁਸ਼ਕਿਲ ਇਹ ਹੈ ਭਾਰਤ ਦਾ ਮੀਡੀਆ ਜਿਹੜਾ ਹੈ 100 ਅਰਬ ਰੁਪਈਆ ਨਰਿੰਦਰ ਮੋਦੀ ਸਰਕਾਰ ਨੇ ਮੀਡੀਆ ਨੂੰ ਚੁੱਪ ਰਹਿਣ ਵਾਸਤੇ ਦਿੱਤਾ ਹੈ ਜਿਹੜੀ ਸਿਰਫ ਮੋਦੀ ਦਾ ਜਪ ਕਰਦੀ ਹੈ ਅਸਲੀ ਮੁੱਦਿਆਂ 'ਤੇ ਭਟਕੀ ਹੋਈ ਔਰ ਇੱਕ ਚੈਨਲ ਹੈ NDTV ਚੈਨਲ
ਜਿਹਨੂੰ ਸੱਚ ਬੋਲਣ ਕਰਕੇ ਏਸ਼ੀਆ ਦਾ ਬੈਸਟ ਅਵਾਰਡ ਮਿਲਿਆ। ਇਹਨਾਂ ਬਾਕੀ ਸਾਰਿਆਂ ਦੇ ਖਰੀਦੇ ਹੋਇਆਂ ਮੀਡੀਆ ਦੇ ਉੱਪਰ ਮੂੰਹ ਦੇ ਉੱਪਰ ਇੱਕ ਚਪੇੜ ਹੈ। ਅਕਾਲ ਚੈਨਲ ਤੁਹਾਡਾ ਆਪਣਾ ਚੈਨਲ ਜਿਹੜਾ ਹਰ ਸਮੇਂ ਕੋਸ਼ਿਸ਼ ਕਰਦਾ ਹੈ ਕਿ ਸੱਚ ਤੁਹਾਡੇ ਤੱਕ ਪਹੁੰਚਾਇਆ ਜਾਵੇ। ਕੋਸ਼ਿਸ਼ ਇਹ ਹੈ ਕਿ ਨਿਰਭਉ ਅਤੇ ਨਿਰਵੈਰਤਾ ਦੇ ਨਾਲ ਇਹ ਸੱਚ ਦਾ ਹੋਕਾ ਜਿਹੜਾ ਤੁਹਾਡੇ ਤੱਕ ਪਹੁੰਚਾਇਆ ਜਾਵੇ। ਤੁਹਾਡੇ ਸਹਿਯੋਗ ਦੀ ਆਸ ਕਰਦੇ ਹਾਂ ਜੀ। ਜੀ, ਪੰਜਾਬ ਵਿੱਚ ਅਸ਼ਲੀਲ ਗਾਣਿਆਂ ਦੇ ਖਿਲਾਫ਼ ਨਵਜੋਤ ਸਿੱਧੂ ਦਾ ਵੱਡਾ ਫੈਸਲਾ ਜੀ, ਕਿਉਂਕਿ ਪੰਜਾਬ ਸੱਭਿਆਚਾਰ ਕਮਿਸ਼ਨ ਦਾ ਸੰਗਠਨ ਕੀਤਾ ਹੈ। ਨਵਜੋਤ ਸਿੱਧੂ ਨੇ ਕਿਹਾ ਕਿ ਪੰਜਾਬ ਦੀ ਗਾਇਕੀ ਅਸ਼ਲੀਲਤਾ ਅਤੇ ਲੱਚਰਤਾ ਨੂੰ ਨੱਥ ਪਾਉਣ ਲਈ ਕਮਿਸ਼ਨ ਬਣਾਇਆ ਗਿਆ। ਅੱਜ ਦੀ ਅਸ਼ਲੀਲ ਅਤੇ ਲੱਚਰ ਗਾਇਕੀ ਨੂੰ ਨੱਥ ਪਾਉਣ ਲਈ ਕਮਿਸ਼ਨ ਬਣਾਉਣਾ ਜ਼ਰੂਰੀ ਸੀ। ਸੁਰਜੀਤ ਪਾਤਰ ਦੀ ਸੋਚ ਸਦਕਾ ਇਹ ਕਮਿਸ਼ਨ ਬਣਾਇਆ ਗਿਆ। ਇਸ ਕਮਿਸ਼ਨ ਦੇ ਉਪ ਪ੍ਰਧਾਨ ਨਵਜੋਤ ਸਿੰਘ ਸਿੱਧੂ ਖੁਦ ਹਨ ਅਤੇ ਨਵਜੋਤ ਸਿੰਘ ਸਿੱਧੂ ਨੇ ਦੱਸਿਆ ਕਿ ਡਿੱਗਦੇ ਹੋਏ ਪੱਧਰ ਨੂੰ ਉੱਪਰ ਚੁੱਕਣ ਦੇ ਲਈ ਗਾਇਕਾਂ ਦੇ ਖਿਲਾਫ਼ FIR ਦਰਜ ਕਰਾਉਣ ਲਈ ਕਮਿਸ਼ਨ ਕੋਲ ਪੂਰਾ ਅਧਿਕਾਰ ਹੈ। 14 ਦਿਨਾਂ ਬਾਅਦ ਇਹ ਕਮਿਸ਼ਨ ਆਪਣੀ ਰਿਪੋਰਟ ਦੇਵੇਗੀ ਕੈਪਟਨ ਅਮਰਿੰਦਰ ਸਿੰਘ ਨੂੰ। ਚੰਗੀ ਗੱਲ ਹੈ ਜੀ, ਸਰਕਾਰ ਵੀ ਖੁੱਲ੍ਹੀ ਹੈ। ਉਹ ਪੰਡਿਤ ਹੌਲੀ ਵਿਚਾਰੇ ਇਕੱਠੇ ਇਕੱਲੇ ਹੀ ਤੁਰਦੇ ਫਿਰਦੇ ਰਹੇ ਅਤੇ ਹੌਲੀ ਹੌਲੀ ਉਹਨਾਂ ਦਾ ਵੀ ਕਾਫਲਾ ਬਣਦਾ ਗਿਆ। ਹਰ ਪੰਜਾਬੀ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ। ਪੰਜਾਬੀਓ, ਮੈਂ ਤੁਹਾਨੂੰ ਬੇਨਤੀ ਕਰਾਂ ਆਪਣੇ ਪਰਿਵਾਰਾਂ ਦੇ ਵਿਆਹਾਂ ਦੇ ਉੱਪਰ ਇਹਨਾਂ ਗੰਦੇ ਗਾਇਕਾਂ ਨੂੰ ਛੱਡ ਕੇ ਆਓ ਆਪਣੇ ਉਸ ਵਿਰਸੇ ਵੱਲ ਜਿੱਥੇ ਅਸੀਂ ਢਾਡੀ ਅਤੇ ਕਵੀਸ਼ਰਾਂ ਕੋਲੋਂ ਸਿੱਖ ਧਰਮ ਦੀਆਂ ਸਿੱਖ ਸੂਰਬੀਰਾਂ ਦੀਆਂ ਵਾਰਾਂ ਸੁਣਦੇ ਸਾਂ, ਉਸ ਪਰੰਪਰਾ ਨੂੰ ਸ਼ੁਰੂ ਕਰੀਏ। ਅਤੇ ਇਹ ਜਿਹੜੀ ਗਾਇਕੀ ਨੇ, ਨਸ਼ਿਆਂ ਨੇ, ਸਾਰਾ ਕੁਝ ਇਹਦਾ ਮੁਕਾਬਲਾ ਬਾਹਰੋਂ ਨਹੀਂ ਆਣ ਕੇ ਕਰਨਾ। ਔਰ ਇਹ ਸਾਡੀ ਹੀ ਪੀੜ੍ਹੀ ਜਿਹੜੀ ਹੈ ਉਹ ਖਤਮ ਹੋ ਰਹੀ ਹੈ, ਕੋਈ ਬਾਹਰੋਂ ਨਹੀਂ ਹੋ ਰਹੀ। ਇਹ ਮਤ ਸੋਚੋ ਕਿ ਗਵਾਂਢੀ ਦਾ ਪੁੱਤਰ ਨਸ਼ਾ ਕਰਦਾ, ਮੇਰਾ ਨਹੀਂ ਕਰਦਾ, ਸਾਡੇ ਘਰ ਵੀ ਉਹ ਪਹੁੰਚਣਾ ਜੇ ਅਸੀਂ ਇਹਨੂੰ ਨਾ ਰੋਕਿਆ। ਤੇ ਜੀ, ਅੱਜ ਇੰਨੀਆਂ ਖਬਰਾਂ ਜੀ, ਮੈਂ ਫਿਰ ਬੇਨਤੀ ਕਰਦਾ ਚੱਲਾਂ। ਜਿਹੜਾ ਸਿੱਖ ਖਬਰਨਾਮਾ ਪ੍ਰੋਗਰਾਮ ਹੈ, ਹਰ ਸੋਮਵਾਰ ਤੁਸੀਂ ਸੁਣੋਗੇ ਜੀ, 6:30 ਤੋਂ 7 ਵਜੇ ਤੱਕ ਦੇਖੋਗੇ। ਜਪਜੀ ਸਾਹਿਬ ਜੀ ਦੀ ਲੜੀਵਾਰ ਕਥਾ ਸ਼ੁਰੂ ਹੋ ਰਹੀ ਹੈ ਹਰ ਸੋਮਵਾਰ 10 ਵਲੋਂ ਰਿਕਾਰਡ ਕੀਤੀ ਹੋਈ, ਸਵੇਰੇ 7 ਤੋਂ 7:30 ਵਜੇ ਤੱਕ। ਅਤੇ ਇਸ ਦੇ ਨਾਲ ਹੀ ਇੱਕ ਬਿਲਕੁਲ ਨਵਾਂ ਨਿਕੋਰ ਪ੍ਰੋਗਰਾਮ ਲੈ ਕੇ ਆ ਰਿਹਾ ਹਰ ਸ਼ੁੱਕਰਵਾਰ, ਲੋਕ ਸੋਚ। ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਬੋਲੋਗੇ, ਸਾਰੀ ਦੁਨੀਆ ਸੁਣੇਗੀ। ਆਮ ਤੌਰ 'ਤੇ ਹੁੰਦਾ ਵੀ ਅਸੀਂ ਬੋਲੀ ਜਾਂਦੇ ਹਾਂ, ਤੁਸੀਂ ਸੁਣਦੇ ਹੋ, ਪਰ ਇਹ ਪ੍ਰੋਗਰਾਮ ਦੇ ਵਿੱਚ ਕਿਸੇ ਵੀ ਜਿਹੜੀ ਖਬਰ ਦੇ ਉੱਪਰ ਮੈਂ ਤੁਹਾਡੇ ਵਿਊਜ਼ ਲਵਾਂਗਾ, ਕਿਸੇ ਵੀ ਈਵੈਂਟ ਦੇ ਉੱਪਰ, ਕਿਸੇ ਵੀ ਸਿੱਖ ਇਤਿਹਾਸ ਦੀ ਖਬਰ ਦੇ ਉੱਪਰ ਤੁਹਾਡੀ ਵਿਚਾਰ ਲੈ ਕੇ ਸੰਸਾਰ ਤੱਕ ਪਹੁੰਚਾਵਾਂਗਾ। 4 ਤੋਂ 5 ਹਰ ਸ਼ੁੱਕਰਵਾਰ ਇਸ ਪ੍ਰੋਗਰਾਮ ਦਾ ਹਿੱਸਾ ਬਣਨਾ ਨਾ ਭੁੱਲਣਾ। ਅੱਜ ਲਈ ਇੰਨਾ ਹੀ ਜੀ। ਫਤਿਹ ਗੱਜ ਕੇ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ, ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ।